ਲੁਧਿਆਣਾ ਸਿਹਤ ਵਿਭਾਗ ਦੀ ਲਾਪਰਵਾਹੀ ਇੱਕ ਵਾਰ ਫੇਰ ਸਾਹਮਣੇ ਆਈ ਹੈ ਪਹਿਲਾਂ ਵੀ ਕਈ ਵਾਰ ਲੁਧਿਆਣਾ ਦੇ ਸਿਹਤ ਵਿਭਾਗ ਦੀ ਲਾਪਰਵਾਹੀਆਂ ਸਾਹਮਣੇ ਆਈਆਂ ਨੇ ਲੋਕਾਂ ਨੂੰ ਖੱਜਲ-ਖਵਾਰ ਹੋਣਾ ਪਿਆ ਲੇਕਿਨ ਹੁਣ ਇੱਕ ਵਾਰ ਫੇਰ ਜਿਹੜਾ ਹੈਗਾ ਕਰਨ ਚੌਧਰੀ ਜਿਹਦੀ ਭੇਦ ਭਰੇ ਹਾਲਤਾਂ ਵਿੱਚ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਰੇਲਵੇ ਟਰੈਕ ਤੇ ਇਹ ਉਸਦੇ ਪਰਿਵਾਰ ਨੂੰ ਵੀ ਸਿਹਤ ਵਿਭਾਗ ਦੀ ਲਾਪਰਵਾਹੀ ਕਰਕੇ ਖੱਜਲ-ਖਵਾਰ ਹੋਣਾ ਪਿਆ ਹੈਗਾ ਕੀ ਕਾਰਨ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਇਹ ਕਰਨ ਚੌਧਰੀ ਦੀ ਜਿਹੜਾ ਭੇਦ ਭਰੇ ਹਾਲਤਾਂ ਵਿੱਚ ਕਤਲ ਹੋਇਆ ਸੀ ਈ ਉਸ ਤੋਂ ਬਾਅਦ ਉਸ ਦੀ ਜਿਹੜੀ ਇਹ ਮ੍ਰਿਤਕ ਦੇਹ ਸੀ ਉਸ ਨੂੰ ਸਿਵਲ ਹਸਪਤਾਲ ਵਿੱਚ ਲੈ ਕੇ ਇਹ ਲੈ ਕੇ ਗਿਆ ਉੱਥੇ ਉਸ ਦਾ ਪੋਸਟਮਾਰਟਮ ਹੋਇਆ ਉੱਥੇ ਕੋਵਿਡ ਦਾ ਟੈਸਟ ਵੀ ਹੋਇਆ ਕੋਵਿਡ ਦਾ ਟੈਸਟ ਪੋਜ਼ਿਟਿਵ ਆਉਣ ਤੋਂ ਬਾਅਦ ਪੁਲਿਸ ਵਿੱਚ ਵੀ ਜਿਹੜੀ ਇੱਕ ਹਰਕਮ ਮਚ ਗਿਆ ਸੀ ਈ ਉਸ ਤੋਂ ਬਾਅਦ ਜਿਹੜੇ ਵੀ ਪੁਲਿਸ ਅਧਿਕਾਰੀ ਮੌਕੇ ਤੇ ਗਏ ਸੀ ਉਹਨਾਂ ਨੂੰ ਜਿਹੜਾ ਹੈਗਾ ਇਕਾਂਤਵਾਸ ਵਿੱਚ ਤੁਰੰਤ ਭੇਜ ਦਿੱਤਾ ਗਿਆ ਸੀ ਕਿਉਂਕਿ ਜਿਹੜਾ ਕਰਨ ਸੀਗਾ ਉਸ ਦਾ ਟੈਸਟ ਪੋਜ਼ਿਟਿਵ ਆਇਆ ਸੀਗਾ ਲੇਕਿਨ ਅ ਇਸ ਦੇ ਵਿੱਚ ਇੱਕ ਵੱਡੀ ਜਿਹੜੀ ਲਾਪਰਵਾਹੀ ਉਦੋਂ ਸਾਹਮਣੇ ਆਈ ਜਦੋਂ ਦੁਬਾਰਾ ਜਿਹੜਾ ਟੈਸਟ ਦੀ ਰਿਪੋਰਟ ਆਉਂਦੀ ਹੈ ਤਾਂ ਨੈਗੇਟਿਵ ਆਉਂਦੀ ਹੈ ਕਰਨ ਦੀ ਰਿਪੋਰਟ ਮ੍ਰਿਤਕ ਕਰਨ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਸਿਵਲ ਹਸਪੀਟਲ ਸਿਵਲ ਸਿਹਤ ਵਿਭਾਗ ਦੀ ਜਿਹੜੀ ਹੈਗੀ ਲਾਪਰਵਾਹੀ ਸਾਹਮਣੇ ਆਈ ਹੈ ਇਸ ਲਾਪਰਵਾਹੀ ਦੇ ਕਾਰਨ ਜਿੱਥੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਖੱਜਲ-ਖੁਆਰ ਹੋਣਾ ਪਿਆ ਉੱਥੇ ਇਹ ਮ੍ਰਿਤਕ ਦਾ ਸੰਸਕਾਰ ਕਰਨ ਲਈ ਉਹਨਾਂ ਨੂੰ ਇੰਨਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜਦ ਮ੍ਰਿਤਕ ਦਾ ਪਰਿਵਾਰ ਉਸ ਦਾ ਸੰਸਕਾਰ ਕਰਨ ਲਈ ਈ ਢੋਲੇਵਾਲ ਜਿਹੜਾ ਕਿ ਇੱਕ ਨਿਸ਼ਚਿਤ ਸਥਾਨ ਹੈਗਾ ਉੱਥੇ ਲੈ ਕੇ ਗਿਆ ਉੱਥੇ ਉਹਨਾਂ ਤੋਂ 4500 ਰੁਪਏ ਦੀ ਡਿਮਾਂਡ ਕੀਤੀ ਗਈ 4500 ਰੁਪਏ ਨਾ ਹੋਣ ਕਰਕੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਉਸ ਨੂੰ ਲੈ ਕੇ ਗਿਆ ਮਾਡਲ ਟਾਊਨ ਮਾਡਲ ਟਾਊਨ ਦੇ ਵਿੱਚ ਵੀ ਜਿਹੜਾ ਕਰੋਨਾ ਪੋਜ਼ਿਟਿਵ ਹੋਣ ਕਰਕੇ ਉਸ ਦਾ ਸੰਸਕਾਰ ਨਹੀਂ ਕੀਤਾ ਗਿਆ ਜਦਕਿ ਪਰਿਵਾਰ ਵਾਲਿਆਂ ਨੂੰ ਉਹਨਾਂ ਨੂੰ ਕਿਹਾ ਇਸ ਦੀ ਰਿਪੋਰਟ 네ਗਟਿਵ ਹੈ ਨਹੀਂ ਉਸ ਦਾ ਸੰਸਕਾਰ ਕੀਤਾ ਗਿਆ ਉਸ ਤੋਂ ਬਾਅਦ ਬੱਸ ਹਣ ਪਹੁੰਚੇ ਬਸ ਸਟੈਂਡ ਵਿਊ ਦਾ ਸੰਸਕਾਰ ਨਹੀਂ ਹੋਇਆ ਬਸ ਸਟੈਂਡ ਸੰਸਕਾਰ ਸ਼ਮਸ਼ਾਨ ਘਾਟ ਦੇ ਬਾਹਰ ਇੰਨਾ ਖੱਜਲ ਖਵਾਰ ਹੋਏ ਮ੍ਰਿਤਕ ਦੇ ਇਹ ਦੇ ਕਾਰਨ ਪਹਿਲਾਂ ਤਾਂ ਉਹਨਾਂ ਦੇ ਪਰਿਵਾਰ ਵਾਲੇ ਨਹੀਂ ਦੁਖੀ ਸੀ ਵੀ ਉਹਨਾਂ ਦੇ ਮੁੰਡੇ ਦਾ ਕਤਲ ਹੋ ਗਿਆ ਉਸ ਤੋਂ ਬਾਅਦ ਉਸ ਦਾ ਸੰਸਕਾਰ ਕਰਨ ਲਈ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਕੀ ਕਾਰਨਾਂ ਕਿਤੇ ਨਾ ਕਿਤੇ ਸੇਧ ਵਿਭਾਗ ਦੀ ਇਹ ਲਾਪਰਵਾਹੀ ਕਿੰਨੀ ਖੱਜਲ ਖਵਾਰ ਹੋਣਾ ਪਿਆ ਹੈਗਾ ਜਿਹੜਾ ਕਾਰਨ ਦੇ ਪਰਿਵਾਰ ਵਾਲਿਆਂ ਨੂੰ ਉਹ ਤੇ ਕੀ ਕਾਰਨ ਨੇ ਇਸ ਨਾਲ ਜਿਹੜੇ ਪੁਲਿਸ ਵਾਲੇ ਕਾਂਤ ਬਾਸ ਗਏ ਨੇ ਕਿੱਡਾ ਵੱਡਾ ਪ੍ਰਸ਼ਾਸਨ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਇੱਕ ਛੋਟੀ ਜਿਹੀ ਜਿਹੜੀ ਲਾਪਰਵਾਹੀ ਸੀ ਇਸੇ ਤਰੀਕੇ ਨਾਲ ਸਾਡੇ ਨਾਲ ਜਿਹੜੇ ਬਸ ਸਟੈਂਡ ਸ਼ਮਸ਼ਾਨ ਘਾਟ ਦੇ ਜਿਹੜੇ ਇਹ ਇੰਚਾਰਜ ਨੇ ਉਹਨਾਂ ਨਾਲ ਗੱਲ ਕਰਾਂਗੇ ਵੀ ਕਿਉਂ ਨਹੀਂ ਉਹਨਾਂ ਵੱਲੋਂ ਸੰਸਕਾਰ ਕੀਤਾ ਗਿਆ ਕਿ ਕੀ ਕਾਰਨ ਨੇ ਇਹ ਉਹਨਾਂ ਨਾਲ ਗੱਲ ਕਰਨ ਦੀ ਕੀ ਕਹਿਣਾ ਚਾਹੁੰਗੇ ਜੈ ਭੋਲੇ ਨਾਥ ਜੀ ਸਾਡੀ ਤਾਂ ਇੱਕ ਸਰਕਾਰ ਨੂੰ ਇਹ ਬੇਨਤੀ ਹੈ ਜੀ ਸਿਵਲ ਵਿਭਾਗ ਤੇ ਥੋੜਾ ਜਿਹਾ ਸਕੰਜਾ ਕੱਸਿਆ ਜਾਵੇ ਕਿਉਂਕਿ ਜਿਹੜੀਆਂ ਇਹਨਾਂ ਦੀਆਂ ਅੰਗੈਲੀਆਂ ਨੇ ਇਹਦੇ ਨਾਲ ਕਈ ਬੰਦੇ ਕਰੋਨਾ 'ਚ ਫੱਟੜ ਹੋ ਸਕਦੇ ਨੇ ਕਿਉਂਕਿ ਜਿੱਦਾਂ ਇਹਨਾਂ ਨੇ ਮਤਲਬ ਕਰੋਨਾ ਪਹਿਲਾਂ ਪੋਜ਼ਿਟਿਵ ਕਰਤੀ ਫਿਰ ਨੈਗੇਟਿਵ ਕਰਤੀ ਜਦੋਂ ਸੰਸਕਾਰ ਕਰਨ ਆਏ ਉਹਨਾਂ ਕੋਲ ਨੈਗੇਟਿਵ ਰਿਪੋਰਟ ਨਹੀਂ ਸੀਗੀ ਇਸ ਕਰਕੇ ਅਸੀਂ ਉਹਨਾਂ ਨੂੰ ਇਹ ਸਲਾਹ ਦਿੱਤੀ ਸੀ ਜੀ ਤੁਸੀਂ ਢੋਲੇਵਾਲ ਜਾ ਕੇ ਕਰੋ ਕਿਉਂਕਿ ਪਹਿਲਾਂ ਮਾਡਲ ਟਾਉਨ ਜਾ ਕੇ ਆਏ ਇਸ ਤਰ੍ਹਾਂ লাশ ਦੀ ਬੇਅਦਬੀ ਕਰਾਂਗੇ ਜਾਂ ਕਿਸੇ ਵੀ ਪਰਿਵਾਰ ਦੇ ਮੈਂਬਰ ਦੀ ਬੇਅਦਬੀ ਹੁੰਦੀ ਹੈ ਪਰਿਵਾਰ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਦੀ ਹੈ ਕਿਉਂਕਿ ਉਹਨਾਂ ਨੂੰ ਜਗਾ ਜਗਾ ਧੱਕੇ ਖਾਣੇ ਪੈਂਦੇ ਪਹਿਲਾਂ ਹੀ ਕੁਦਰਤ ਨੇ ਏਡੀ ਵੱਡੀ ਮਹਾਂਮਾਰੀ ਨਾਲ ਬੰਦਿਆਂ ਨੂੰ ਮਾਰਿਆ ਹੋਇਆ ਵਾ ਉਸ ਦੇ ਦੌਰਾਨ ਵੀ ਅੱਡੀ ਗਰਮੀ ਦੇ ਬਾਵਜੂਦ ਉਹ ਵਿਚਾਰੇ ਇੱਧਰ ਉੱਧਰ ਧੱਕੇ ਖਾਂਦੇ ਫਿਰਦੇ ਵੇ ਸ਼ਾਮ ਨੂੰ ਜਾ ਕੇ ਕਿਤੇ ਉਹਨਾਂ ਦਾ ਸੰਸਕਾਰ ਹੁੰਦਾ ਢੋਲੇਵਾਲ ਚਮਚਾਹਾਂ ਸੀ ਢੋਲੇਵਾਲ ਗਿਆ ਤੇ ਉਹਨਾਂ ਨੂੰ ਵਾਪਸ ਆਉਣਾ ਪਿਆ ਕੀ ਕਰਨੇ ਹੈ ਕਰਨ ਜੀ ਦੇਖੋ ਉਹਨਾਂ ਕੋਲ ਪੈਸੇ ਨਹੀਂ ਸੀਗੇ ਜੈਨੂਨ ਸੰਸਕਾਰ ਜਿਹੜਾ ਹੈਗਾ ਉਹਦਾ 2025 ਰੁਪਏ ਖਰਚਾ ਆਉਂਦਾ ਤੇ ਜਿਹੜਾ ਕਰੋਨਾ ਪੋਜ਼ਿਟਿਵ ਵਾਲਾ ਉਹਦਾ 4500 ਰੁਪਏ ਖਰਚਾ ਆਉਂਦਾ ਕੀ ਕਾਰਨ ਆ ਵੀ ਉਹਦਾ ਖਰਚਾ ਕਿਉਂ ਜ਼ਿਆਦਾ ਆਉਂਦਾ ਹੋਰ ਹੀ ਗੈਸ ਸਿਲੰਡਰ ਲੱਗਦੇ ਤੇ ਹੋਰ ਜਿਹੜੇ ਬੰਦੇ ਲੇਬਰ ਹੈਗੇ ਜਿਹੜੇ ਪੀਵੀ ਕਿੱਟਾਂ ਨੇ ਜਾਂ ਗਲਵਜ਼ ਨੇ ਜਾਂ ਕੁਝ ਵੀ ਉਹਨਾਂ ਨੇ ਖਰਚਾ ਉਹਨਾਂ ਦੀ ਟਰੱਸਟ ਨੇ ਜਿਹੜਾ ਰੇਟ ਤੈਅ ਕੀਤਾ 4500 ਰੁਪਏ ਕੀਤਾ ਹੋਇਆ ਈ ਢੋਲੇ ਵਾਲ ਤੇ ਤੁਹਾਨੂੰ ਜਦੋਂ ਕਰਨ ਦੇ ਨਿਯਤਕ ਦੇ ਲੈ ਕੇ ਇੱਥੇ ਕਿਉਂ ਨਹੀਂ ਸੰਸਕਾਰ ਕੀਤਾ ਗਿਆ ਕੀ ਕਾਰਨ ਇੱਥੇ ਸੰਸਕਾਰ ਤਾਂ ਨਹੀਂ ਕੀਤਾ ਗਿਆ ਜੀ ਕਿ ਉਹਨਾਂ ਨੇ ਵੀ ਨਹੀਂ ਇੱਥੇ ਲੈ ਕੇ ਆਣਾ ਇਹ ਸੰਸਕਾਰ ਨੂੰ ਤੇ ਉਹਨਾਂ ਕੋਲ ਹੋਰ ਕੋਈ ਜਗ੍ਹਾ ਵੀ ਨਹੀਂ ਸੀ ਨੇੜੇ ਤੇੜੇ ਸੰਸਕਾਰ ਕਰਨ ਲਈ ਤੇ ਸਾਡੇ ਕੋਲ ਵੀ ਕੋਈ ਫੈਸਿਬਿਲਟੀ ਹੈ ਨਹੀਂ ਕਰੋਨਾ ਸੰਸਕਾਰ ਕਰਨ ਲਈ ਕਿਉਂਕਿ ਉੱਥੇ ਤਾਂ ਚਲੋ ਪੱਠੀ ਦੇ ਵਿੱਚ ਬੰਦ ਹੋ ਜਾਂਦਾ ਚਾਰੇ ਬੰਨੇ ਉਹ ਬੰਦਾ ਪੱਠੀ ਇਸ ਕਰਕੇ ਉਹਦੇ ਵਿੱਚ ਕਰੋਨਾ ਸੰਸਕਾਰ ਕੀਤਾ ਜਾਂਦਾ ਇੱਥੇ ਮਤਲਬ ਉਹ ਸਾਰੀ ਓਪਨ ਲੱਕੜਾਂ ਦੇ ਵਿੱਚ ਉਹਦੇ ਜਿਹੜੇ ਬੈਕਟੀਰੀਆ ਨੇ ਉਹ ਸਾਰੇ ਜਿਹੜੇ ਫੈਲ ਸਕਦੇ ਤੇ ਕਾਫੀਆਂ ਨੁਕਸਾਨ ਪਹੁੰਚਾ ਸਕਦੇ ਜਿਹੜਾ ਇੱਥੇ ਜਿਗਰ ਗੱਲ ਕਰੀਏ ਵੀ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਜਦੋਂ ਕਿਹਾ 네ਗਟਿਵ ਹੈ ਫਿਰ ਵੀ ਕਿਉਂ ਨਹੀਂ ਕੀਤਾ ਗਿਆ ਨਹੀਂ 네ਗਟਿਵ ਦੀ ਰਿਪੋਰਟ ਨਹੀਂ ਸੀ ਸਰ ਉਹ ਤੇ ਇਹ ਵੀ ਕੋਈ ਵੱਡੀ ਲਾਪਰਵਾਹੀ ਹੈ ਹੈਲਥ ਡਿਪਾਰਟਮੈਂਟ ਦੀ ਵੀ ਜਿਸ ਤਰ੍ਹਾਂ ਪਹਿਲਾਂ ਪੋਜ਼ਿਟਿਵ ਆਉਂਦਾ ਫਿਰ ਨੈਗੇਟਿਵ ਆਉਂਦਾ ਸਭ ਤੋਂ ਵੱਡੀ ਲਾਪਰਵਾਹੀ ਕਹਿ ਸਕਦੇ ਹਾਂ ਜੀ ਜੇ ਅਗਲੇ ਨੂੰ ਨੈਗੇਟਿਵ ਕਰਕੇ ਉਹਨਾਂ ਨੇ ਕੇਸ ਦਿੱਤਾ ਸੀਗਾ ਡੈੱਡ ਬੋਡੀਆਂ ਨੂੰ ਸੰਭਾਲੀ ਸੀ ਤਾਂ ਉਹ ਨੈਗੇਟਿਵ ਦੀ ਰਿਪੋਰਟ ਵੀ ਦੇਣੀ ਚਾਹੀਦੀ ਸੀ ਜਿਸ ਨਾਲ ਉਹਨਾਂ ਨੂੰ ਧੱਕੇ ਨਹੀਂ ਖਾਣੇ ਪੈਣੇ ਸੀ ਇੱਕ ਹੋਰ ਵੀ ਹੈ ਜਿਵੇਂ ਕੋਈ ਲੋਕ ਕਿਰਾਏ ਤੇ ਰਹਿੰਦੇ ਨੇ ਕਿਸੇ ਦੀ ਡੈਥ ਹੋ ਗਈ ਵਿਚਾਰੇ ਕੋਈ ਬਜ਼ੁਰਗ ਹੈ ਜਾਂ ਕਿਸੇ ਬਿਮਾਰੀ ਕਰਕੇ ਉਹਨਾਂ ਨੂੰ ਵੀ ਦਿੱਕਤ ਦਾ ਸਾਹਮਣਾ ਹੁੰਦਾ ਇਹ ਬਿਮਾਰੀ ਨਾਲ ਐਡੀਕ دہشت ਹੈ ਜੀ ਕੋਈ ਮਕਾਨ ਮਾਲਕ ਜੇ ਕਿਸੇ ਕਿਰਾਏਦਾਰ ਦੇ ਪਰਸਨ ਕੋਈ ਕਿਉਂਕਿ ਉਹ ਕਹਨਾ ਤੁਸੀਂ ਬਾਹਰ ਰੱਖੋ ਮੋਰਚੀ ਰੱਖੋ ਜਾਂ ਸਿੱਧਾ ਸ਼ਮਸ਼ਾਨ ਘਰ ਜਾ ਕੇ ਸੰਸਕਾਰ ਕਰੋ ਨਾ ਤਾਂ ਉਹਨਾਂ ਨੂੰ ਨੋ ਆਇਆ ਜਾ ਰਿਹਾ ਨਾ ਉਹਨਾਂ ਦੇ ਕੋਈ ਵਿਧੀ ਵਿਵਧਾਨ ਦਾ ਕੋਈ ਕਰਮ ਪੂਰਾ ਹੋ ਰਿਹਾ ਤੇ ਜਿਵੇਂ ਕਰਨ ਦਾ ਹੋਇਆ ਇਸ ਤਰ੍ਹਾਂ ਦਾ ਜਿਹੜਾ ਹੁੰਦਾ ਬੇਅਦ ਜੇਕਰ ਕਰੀਏ ਖੱਜਲ ਖਵਾਰੀ ਤਾਂ ਉਸ ਬੇਅਦਬੀ ਵੀ ਕਹਿ ਸਕਦੇ ਆਪਾਂ ਬੇਅਦਬੀ ਤਾਂ ਹੈ ਨੇਚਰਲੀ ਗੱਲ ਆ ਜੀ ਦੇਖੋ ਕਿਸੇ ਪਰਿਵਾਰ ਦਾ ਕੋਈ ਵੀ ਸਦਸਿਆ ਜੇ ਗੁజర్ ਜਾਂਦਾ ਵਾ ਆਪਾਂ ਨੂੰ ਵਕਾਇਦਾ ਦੇਈਂ ਜਾਂ ਦੋ ਦਿਨਾਂ ਨੂੰ ਆ ਕੇ ਇੱਥੇ ਸਾਰਾ ਕੁਝ ਸਾਫ਼ ਸੁਥਰਾ ਕਰਕੇ ਲੈ ਕੇ ਆਣੇ ਕਿਉਂਕਿ ਐਕਚੁਅਲੀ ਜਿੱਦਾਂ ਸਿਵਲ ਚੋਂ ਨੇ ਆਣਾ ਵਾ ਐਦਾਂ ਹੀ ਤਰਪਾਲ ਦੇ ਨਾਲ ਬੰਨਿਆ ਹੋਇਆ ਜਾਂ ਕੱਪੜਿਆਂ ਨਾਲ ਬੰਨਿਆ ਹੋਇਆ ਸੀ ਅੱਧੀ ਉਹਨਾਂ ਨੂੰ ਲੱਕੜਾਂ ਦੇ ਉੱਤੇ ਪਾ ਕੇ ਗਲਵਜ਼ ਗਲੋਵਜ਼ ਪਾ ਕੇ ਉਹਨੂੰ ਚੜਾ ਦਈਦਾ ਤੇ ਨਾ ਤਾਂ ਉਹ ਕੋਈ ਨਵਾਇਆ ਜਾਂਦਾ ਨਾ ਉਹਦੇ ਕੋਈ ਬਿਲਕੁਲ ਜਿਹੜਾ ਬੱਸ ਸਟੈਂਡ ਮਿਸ਼ਾਨ ਘਾੜ ਦੇ ਇੰਚਾਰਜ ਨੇ ਦੱਸਿਆ ਹੈਗਾ ਜਿਹੜਾ ਕਰਨ ਦੇ ਪਰਿਵਾਰ ਵਾਲਿਆਂ ਨੂੰ ਵੱਡਾ ਜਿਹੜਾ ਇੱਕ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪਹਿਲਾਂ ਤਾਂ ਉਹਨਾਂ ਦੇ ਬੇਟੇ ਦੀ ਜਿਹੜੀ ਮੌਤ ਆ ਉਹ ਇੱਕ ਜਿਹੜਾ ਦੁੱਖ ਸੀ ਉਸ ਤੋਂ ਬਾਅਦ ਜਦੋਂ ਉਸ ਦੀ ਰਿਪੋਰਟ ਪਹਿਲਾਂ ਪੋਜ਼ਿਟਿਵ ਫਿਰ ਨੈਗੇਟਿਵ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਇੱਕ ਸਿਹਤ ਵਿਭਾਗ ਦੀ ਛੋਟੀ ਜੀ ਜਿਹੜੀ ਲਾਪਰਵਾਹੀ ਆ ਕਿੰਨੇ ਲੋਕਾਂ ਨੂੰ ਇਹਦੇ ਨਾਲ ਖੱਜਲ-ਖਵਾਰ ਹੋਣਾ ਪੈ ਰਿਹਾ ਜਿਹੜਾ ਦਾ ਪੁਲਿਸ ਦੇ ਵਿੱਚ ਕੰਮ ਕਰਨ ਵਾਲੇ ਚਾਹੇ ਪੁਲਿਸ ਚੌਕੀ ਬੱਸ ਸਟੈਂਡ ਹੋਵੇ ਚਾਹੇ 5 ਨੰਬਰ ਥਾਣਾ ਹੋਵੇ ਚਾਹੇ ਹੋ اسی انہاں نو بھی صرف جدوں او ਕਰਨ ਜਿਹੜਾ ਮ੍ਰਿਤਕ ਆਉਦੀ ਰਿਪੋਰਟ ਪੋਜ਼ਿਟਿਵ ਹੁੰਦੀ ਆ ਾਕਾਤ ਬਾਸ ਜਾਣਾ ਪਿਆ ਤੇ ਇਸ ਲਾਹ ਪ੍ਰਵਾਈ ਦੇ ਵਿੱਚ ਕੌਣ ਜ਼ਿੰਮੇਵਾਰ ਆ ਕੀ ਕਾਰਨ ਨੇ ਇਹਦੀ ਇੱਕ ਜਾਂਚ ਹੋਣੀ ਚਾਹੀਦੀ ਆ ਜੇਕਰ ਕਿਸੇ ਨੇ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਕੀਤਾਗਾ ਤਾਂ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਕਿਤੇ ਕੀ ਕਾਰਨਾ ਟੈਕਨੀਕਲੀ ਕੋਈ ਗਲਤੀ ਹੋ ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਪਰ ਇਸ ਤਰ੍ਹਾਂ ਦੀ ਜਿਹੜੀ ਰਿਪੋਰਟ ਆ ਇੰਨਾ ਸੈਂਸਿਟਿਵ ਮਾਮਲੇ ਨੇ ਵੀ ਕਰੋਨਾ ਦਾ ਜਿਹੜਾ ਪ੍ਰਕੋਪ ਆਜ ਤੋਂ ਹਰ ਕੋਈ ਡਰਦਾ ਹੈਗਾ ਇਸ ਮਾਮਲੇ ਦੇ ਵਿੱਚ ਇਸ ਤਰ੍ਹਾਂ ਦੀ ਗਹਿਲੀ ਨਹੀਂ ਕਰਨੀ ਚਾਹੀਦੀ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰੀਕੇ ਦੀ ਦਿੱਕਤ ਦਾ ਸਾਹਮਣਾ ਕਰਨਾ ਪਵੇ ਜਿਸ ਤਰ੍ਹਾਂ ਨਾਲ ਕਰਨ ਦੇ ਇਹ ਜਿਹੜਾ ਮ੍ਰਿਤਕ ਕਰਨਾ ਉਹਦੇ ਪਰਿਵਾਰ ਨੂੰ ਕਰਨਾ ਪਿਆ ਸੋ ਉਹ ਕਿਤੇ ਨਾ ਕਿਤੇ ਸਿਹਤ ਵਿਭਾਗ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਹਿ ਰਹੇ ਨੇ ਖੁਦ ਆਪ ਵੀ ਵਰਤ ਇਹ ਤਾਂ ਜੋ ਆਮ ਲੋਕ ਖੱਜਲ ਖਵਾਰ ਨਾ ਹੋ ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮਪੁਰ ਤੋਂ ਲੁਧਿਆਣਾ ਸਿਹਤ ਵਿਭਾਗ ਦੀ ਲਾਪਰਵਾਹੀ ਇੱਕ ਵਾਰ ਫੇਰ ਸਾਹਮਣੇ ਆਈ ਹੈ ਪਹਿਲਾਂ ਵੀ ਕਈ ਵਾਰ ਲੁਧਿਆਣਾ ਦੇ ਸਿਹਤ ਵਿਭਾਗ ਦੀ ਲਾਪਰਵਾਹੀਆਂ ਸਾਹਮਣੇ ਆਈਆਂ ਨੇ ਲੋਕਾਂ ਨੂੰ ਖੱਜਲ ਖਵਾਰ ਹੋਣਾ ਪਿਆ ਲੇਕਿਨ ਹੁਣ ਇੱਕ ਵਾਰ ਫੇਰ ਜਿਹੜਾ ਹੈਗਾ ਕਰਨ ਚੌਧਰੀ ਜਿਹਦੀ ਭੇਦ